ਸਾਡੀ ਬਿਮਾਰੀ ਇੰਨੀ শারਪ ਹੈ ਇੰਨੀ ਤੇਜ਼ ਹੈ ਕਿ ਅੰਦਰ ਬੈਠੀ ਹੋਈ ਹੈ ਐਂਡ ਬੈਠੀ ਕਿਸ ਫਾਰਮ ਚੋ ਇਹ ਅੰਦਾ ਫਾਰਮ ਆਫ ਕੈਮੀਕਲਸ ਅੰਦਰ ਕੈਮੀਕਲਸ ਬੈਠੇ ਹੈ ਇੱਕ ਕੈਮੀਕਲ ਹੈ ਜਿਹੜੇ ਕਿ ਉਥਲ ਪੁਥਲ ਹੋ ਗਏ ਹੈ ਉਹ ਸਾਡੀਆਂ ਸੋਚਾਂ ਨੂੰ ਸਾਡੇ ਰਵਈਏ ਨੂੰ ਸਾਡੇ ਬਿਹੇਵੀਅਰ ਨੂੰ ਡਾਇਰੈਕਟ ਕਰ ਰਹੀ ਹੈ ਹੁਣ ਇੱਕ ਕੈਮੀਕਲ ਡੋਪਾਮਾਈਨ ਹੈ ਉਹ ਡੋਪਾਮਾਈਨ ਇੱਕ ਖੁਸ਼ੀ ਦਾ ਕੈਮੀਕਲ ਹੈ ਉਹ ਸਾਨੂੰ ਐਕਸਾਈਟਮੈਂਟ ਦਿੰਦਾ ਉਹ ਸਾਨੂੰ ਐਕਟਿਵ ਰੱਖਦਾ ਬਟ ਜਦੋਂ ਡੋਪਾਮਾਈਨ ਦਾ ਲੈਵਲ ਵੱਧਦਾ ਉਹ ਪਰਸਨ ਸਾਈਕੋਟਿਕ ਹੋ ਜਾਂਦਾ ਉਹ ਪਰਸਨ ਹੈਲੂਸਿਨੇਟ ਕਰਨ ਲੱਗ ਪੈਂਦਾ ਉਹਦਾ ਬਿਹੇਵੀਅਰ ਆਊਟ ਆਫ ਕੰਟਰੋਲ ਹੋ ਜਾਂਦਾ ਉਹਨੂੰ ਟਾਈ ਕਰਨਾ ਪੈਂਦਾ ਤੁਸੀਂ ਸੋਚੋ ਕਿ ਲਾਸਟ ਰਿਸੋਰਟ ਕੀ ਹੈ ਕਿ ਕਿਸੇ ਪੇਸ਼ੈਂਟ ਨੂੰ ਸਾਨੂੰ ਰਿਸਟ੍ਰੇਨ ਕਰਨਾ ਰਿਸਟ੍ਰੇਨ ਇਸ ਕਰਕੇ ਨਹੀਂ ਕਰਨਾ ਕਿ ਅਸੀਂ ਉਹਨੂੰ ਤਕਲੀਫ ਦੇਣਾ ਚਾਹੁੰਦੇ ਹਾਂ ਰਿਸਟ੍ਰੇਨ ਇਸ ਕਰਕੇ ਕਰਨਾ ਕਿ ਉਹ ਕਿਤੇ ਨਾ ਕਿਤੇ ਇਸ ਹਾਲਤ ਦੇ ਵਿੱਚ ਆਪਣੇ ਆਪ ਨੂੰ ਖਤਮ ਨਾ ਕਰ ਲਵੇ ਜਾਂ ਕਿਸੇ ਦੀ ਜਾਨ ਨਾ ਲੈ ਲਵੇ ਹੋਇਆ ਕਿ ਕਿ ਕੈਮੀਕਲ ਅੰਦਰ ਕਿਹੜਾ ਬਣਿਆ ਡੋਪਾਮਾਈਨ ਜਿਹੜਾ ਕਿ ਪ੍ਰਮਾਤਮਾ ਵੱਲੋਂ ਅੰਦਰ ਪਿਆ ਹੋਇਆ ਬਟ ਇਹ ਹੈ ਕਿ ਕਿਸੇ ਡਰੱਗ ਯੂਜ਼ ਕਰਨ ਨਾਲ ਕਿਸੇ ਵੀ ਨਸ਼ੇ ਦੇ ਯੂਜ਼ ਕਰਨ ਨਾਲ ਅਲਕੋਹਲ ਵੀਡ ਕੋਕੈਨ ਕੋਈ ਵੀ ਡਰੱਗ ਕੈਮੀਕਲ ਜਾਂ ਕਿਸੇ ਨੇ ਨਹੀਂ ਵੀ ਕੈਮੀਕਲ ਯੂਜ਼ ਕੀਤਾ ਜੈਨੇਟਿਕਲੀ ਉਹਦੇ ਅੰਦਰ ਡੋਪਾਮਾਈਨ ਦੀ ਕੁਆਂਟੀਟੀ ਜ਼ਿਆਦਾ ਹੈ ਉਹ ਆਪਣੇ ਆਪ ਨੂੰ ਬਹੁਤ ਖਾਸ ਸਮਝਦਾ ਦੁਨੀਆ ਨਾਲੋਂ ਬਹੁਤ ਵੱਖਰਾ ਬਿਲਖਣ ਸਮਝਦਾ ਉਹ ਸਮਝਦਾ ਕਿ ਜਿਹੋ ਜਿਹਾ ਮੈਂ ਜੰਮਿਆ ਨਾ ਇਹੋ ਜਿਹਾ ਕੋਈ ਨਹੀਂ ਜੰਮਿਆ ਨਾ ਜੰਮਿਆ ਨਾ ਜੰਮੇਗਾ। ਇਹ ਕੀ ਮਤਲਬ ਹੈ ਉਹਦਾ ਡੋਪਾਮਾਈਨ ਦਾ ਲੈਵਲ ਹਾਈ ਹੈ। ਡੋਪਾਮਾਈਨ ਦੇ ਲੈਵਲ ਹਾਈ ਹੋਣ ਕਰਕੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਨਾ ਸੈਰੋਟੋਨਿਨ ਦਾ ਲੈਵਲ ਘਟ ਜਾਂਦਾ ਹੈ। ਦੋਵਾਂ ਦਾ ਆਪਸ ਦੇ ਵਿੱਚ ਬੈਲੈਂਸ ਹੁੰਦਾ ਹੈ। ਹੁਣ ਸੈਰੋਟੋਨਿਨ ਇਹੋ ਜੀ ਖੁਸ਼ੀ ਹੈ ਜਿਹੜੀ ਕਿ ਕਾਮ ਕੁਆਇਟ ਤੇ ਤੁਹਾਨੂੰ ਅੰਦਰੋਂ ਅੰਦਰ ਸਕੂਨ ਦਿੰਦੀ ਹੈ। ਆਰਾਮ ਦਿੰਦੀ ਹੈ, ਠੰਡਕ ਦਿੰਦੀ ਹੈ। ਹੁਣ ਜੇ ਤੁਹਾਡੇ ਅੰਦਰ ਭੜਕਾਉ ਭਾਂ ਵਧ ਗਿਆ ਤੇ ਤੁਹਾਡੇ ਕਿਹੜੀ ਚੀਜ਼ ਅੰਦਰੋਂ ਘਟ ਗਈ? ਸਕੂਨ ਘਟ ਗਿਆ ਹੁਣ ਇੱਕ ਸਾਡੇ ਪੇਸ਼ੈਂਟਸ ਵਾਸਤੇ ਸਭ ਤੋਂ ਔਖਾ ਕੰਮ ਕੀ ਹੈ ਕਿ ਉਹ ਪੜਕਾਉ ਖੁਸ਼ੀ ਲੱਭਦੇ ਆ ਸਕੂਨ ਵਾਲੀ ਖੁਸ਼ੀ ਨਹੀਂ ਲੱਭ ਸਕਦੇ ਉਹਦੀ ਵੈਲਿਊ ਨਹੀਂ ਪਾਉਂਦੇ ਕਿ ਸਕੂਨ ਦੀ ਇੱਕ ਵੈਲਿਊ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪੜਕਾਉ ਵਾਲੀ ਖੁਸ਼ੀ ਨਹੀਂ ਚਾਹੀਦੀ ਠੀਕ ਹੈ ਥੋੜਾ ਬੋਤਾ ਬੰਦਾ ਐਕਟਿਵ ਹੋਏ ਥੋੜਾ ਬੋਤਾ ਮਿਲਨਸਾਰ ਹੋਏ ਅੱਗੇ ਵੱਧ ਕੇ ਆਪਣਾ ਕੰਮ ਕਰ ਸਕੇ ਬਸ ਇੰਨਾ ਕੋਈ ਸਾਨੂੰ ਚਾਹੀਦਾ ਹੁੰਦਾ ਇਸ ਤੋਂ ਵੱਧ ਡੋਪਾਮਾਈਨ ਦੀ ਵੈਲਿਊ ਨਹੀਂ ਹੁੰਦੀ ਪਰ ਜਦੋਂ ਸੈਰੋਟੋਨਿਨ ਘਟਦੀ ਹੈ ਨਾ ਸੈਰੋਟੋਨਿਨ ਘਟਦੀ ਹੈ ਉਹਦਾ ਇਹਨਾਂ ਨੁਕਸਾਨ ਹੁੰਦਾ ਹੈ ਕਿ ਬੰਦੇ ਦੇ ਅੰਦਰੋਂ ਦਿਲ ਜਿਹੜਾ ਨਿਕਲ-ਨਿਕਲ ਪਰ ਜਾਂਦਾ ਉਹਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ ਉਹਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਅੰਦਰ ਇੱਕ ਖਾਲੀਪਨ ਆ ਗਿਆ ਜਿਹੜਾ ਅੰਦਰ ਦਾ ਖਾਲੀਪਨ ਹੈ ਨਾ ਉਹ ਭਰਦਾ ਨਹੀਂ ਹੈਗਾ ਬੰਦਾ ਸੋਚਦਾ ਮੈਂ ਲੋਨਲੀ ਹੋ ਗਿਆ ਮੈਂ ਬੋਰ ਹੋ ਗਿਆ ਮੇਰੀ ਐਕਸਾਈਟਮੈਂਟ ਕਿੱਥੇ ਗਈ ਮੇਰੇ ਅੰਦਰ ਕੁਝ ਹੈਗਾ ਸੀ ਉਹ ਪਤਾ ਉਹਨੂੰ ਐਕਸਪਲੇਨ ਨਹੀਂ ਕਰਨਾ ਜਦੋਂ ਐਕਸਪਲੇਨ ਨਹੀਂ ਕਰ ਪੰਦਾ ਫਿਰ ਉਹ ਆਪਣੇ ਇਮੋਸ਼ਨਸ ਦੇ ਨਾਲ ਖੇਡਣ ਲੱਗ ਪੈਂਦਾ ਹੈ